ਸਾਡੇ ਅਗਲੇ ਕਲਾਕਾਰ ਨੇ ਸਾਡੇ ਪੰਜਾਬੀ ਮੰਚ ਦੇ ਨਵੇਂ ਐਡਮਿਨਿਸਟ੍ਰੇਟਰ ਜਿਹਨਾਂ ਨੂੰ ਅਸੀਂ ਪੰਜਾਬੀ ਮੰਚ ਪੇਜ ਦਾ ਐਡਮਿਨਿਸਟ੍ਰੇਟਰ ਬਣਾਇਆ ਤੇ ਪੰਜਾਬੀ ਮੰਚ ਗਰੁੱਪ ਦਾ ਵੀ ਐਡਮਿਨਿਸਟ੍ਰੇਟਰ ਇਹਨਾਂ ਨੂੰ ਬਣਾ ਦਿੱਤਾ ਹੈ ਆਪਣੇ ਨਾਲ ਕਿਉਂਕਿ ਪਿਛਲੇ 12 ਸਾਲ ਤੋਂ ਮੈਂ ਔਰ ਮੇਰੀ ਘਰਵਾਲੀ ਮਨਜੀਤ ਕੌਰ ਕੰਗ ਅਸੀਂ ਦੋਵੇਂ ਹੀ ਇਹ ਡਿਊਟੀ ਨਿਭਾਉਂਦੇ ਆ ਰਹੇ ਸੀ ਹੁਣ ਸਾਨੂੰ ਇਹਨਾਂ ਦਾ ਸਾਥ ਹੋ ਗਿਆ ਨਾਲ ਤੇ ਉਮੀਦ ਹੈ ਕਿ ਉਸ ਡਿਊਟੀ ਨੂੰ ਵੀ ਚੰਗੀ ਤਰ੍ਹਾਂ ਨਿਭਾਉਣਗੇ ਬੜੇ ਅੱਛਾ ਕਲਾਕਾਰ ਨੇ ਬਹੁਤ ਅੱਛਾ ਲਿਖਦੇ ਨੇ ਤੇ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਨ ਲੱਗਾ ਕਿ ਉਹ ਆਪਣੀ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਸੁਖਵਿੰਦਰ ਹਮਦਮ ਜਿਸ ਨੂੰ ਜਿਹਨਾਂ ਨੂੰ ਕਿ ਅਸੀਂ ਸੁਖਵਿੰਦਰ ਬੋਦਲਾ ਵਾਲਾ ਵੀ ਕਹਿੰਦੇ ਹਾਂ ਸੁਖਵਿੰਦਰ ਹਮਦਮ ਇੱਕ ਖੁੱਲੀ ਕਵਿਤਾ ਤੇ ਕੁਛ ਪੁਰਾਣੇ ਪੰਜਾਬ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਕਵਿਤਾ ਸਿਰਲੇਖ ਹੈਗਾ ਪੁਰਾਣੇ ਦਿਨ ਸੁਹਾਣੇ ਦਿਨ ਗਾਦੀ ਤੇ ਬਹਿ ਕੇ ਖੂਹ ਹੱਕਣਾ ਤਾਂਗ ਦੇ ਨਾਲ ਸ਼ਾਹ ਵੇਲਾ ਤੱਕਣਾ ਥੋੜੇ ਜਿਹੇ ਵਰਡ ਬੜੇ ਪੁਰਾਣੇ ਨਾਲ ਭੋਲੇ ਮੱਕੀ ਗੁੱਡਣੀ ਉਡਾਉਣੇ ਤੋਤੇ ਛੱਲੀਆਂ ਦਾ ਪੱਕਣਾ ਕਿੱਥੇ ਗਏ ਉਹ ਜਾਣੇ ਦਿਨ ਪੁਰਾਣੇ ਦਿਨ ਸੁਹਾਣੇ ਦਿਨ ਪੱਠਿਆਂ ਦੀ ਪੰਡ ਸਿਰ ਉੱਤੇ ਚੱਕ ਕੇ ਨਾਲ ਲਿਆਉਣੀ ਹਰ ਨਾੜੀ ਹੱਕ ਕੇ ਮੂੰਹ ਹੱਥ ਧੋ ਫਿਰ ਲੱਸੀ ਪੀਣੀ ਨਿਆਣਿਆਂ ਨੇ ਆ ਚੜ੍ਹਨ ਲੱਕ ਤੇ ਕਿੱਥੇ ਗਏ ਉਹ ਜਾਣੇ ਸ਼ਿੰਦ ਪੁਰਾਣੇ ਦਿਨ ਸੁਹਾਣੇ ਦਿਨ ਗੌਰ ਪ੍ਰਮਾਣਾ ਜੀ ਸ਼ੇਰ ਤੇ ਕੀ ਸਿਆਲ ਦੀ ਧੂਣੀ ਕੱਠੇ ਰਲ ਬਹਿਣਾ ਦੁੱਖ ਸੁੱਖ ਸੁਣਨਾ ਸੁੱਖ ਦੁੱਖ ਕਹਿਣਾ ਹੋਲਾਂ ਭੁੰਨ ਭੁੰਨ ਖਾਣੀਆਂ ਯਾਰੋ ਸਮੇਂ ਦਾ ਕੰਮ ਤੇ ਚੱਲਦੇ ਰਹਿਣਾ ਪਿੱਛੇ ਕੁਝ ਰਹਿ ਜਾਂਦੇ ਚਿੰਨ ਪੁਰਾਣੇ ਦਿਨ ਸੁਹਾਣੇ ਦਿਨ ਪੜ੍ਹਨ ਸਕੂਲੇ ਸਾਈਕਲ ਤੇ ਜਾਣਾ ਮਾਂ ਤੋਂ ਉਹ ਗੁੱਟਾ ਕਰਵਾਉਣਾ ਜਦੋਂ ਜੂੜਾ ਹੁੰਦਾ ਸੀ ਸਿਰ ਤੇ ਮਾਂ ਤੋਂ ਉਹ ਗੁੱਟਾ ਕਰਵਾਉਣਾ ਚਿੱਟਾ ਰੁਮਾਲ ਗੁੱਟੇ ਤੇ ਬੰਨਣਾ ਡੰਡੀਏ ਡੰਡੀਏ ਫਿਰ ਸਾਈਕਲ ਪਾਣਾ ਕਦੇ ਨਾ ਹੁੰਦੇ ਦਿਲ ਤੋਂ ਪਿੰਨ ਪੁਰਾਣੇ ਦਿਨ ਸੁਹਾਣੇ ਦਿਨ ਪਿੰਡ ਨਾਨਕੀ ਬੱਸ ਤੇ ਜਾਣਾ ਮਾਮਿਆਂ ਮਾਸੀਆਂ ਅੱਖਾਂ ਤੇ ਬਿਠਾਣਾ ਨਾਨਾ ਨਾਨੀ ਬੜੇ ਸੀ ਪਿਆਰੇ ਰੱਜ ਰੱਜ ਸੱਚਾ ਪਿਆਰ ਜਤਾਉਣਾ ਕਿ ਖੋਣਾ ਸਾਗ ਸਰੋਂ ਦਾ ਰਿੰਨ ਪੁਰਾਣੇ ਦਿਨ ਸੁਹਾਣੇ ਦਿਨ ਲਾਸਟ ਆ ਜੀ ਕਿ ਵਿੱਚ ਵਿਦੇਸਾਂ ਪੈਰ ਆ ਪਾਇਆ ਬਹੁਤ ਹੀ ਖੱਟਿਆ ਬਹੁਤ ਗੁਆਇਆ ਡਾਲਰਾਂ ਨਾ ਕਈਆਂ ਕਈਆਂ ਯਾਰੀ ਪਾਈ ਮਨ ਦਾ ਪੰਛੀ ਕਾਬੂ ਨਾ ਆਇਆ ਸੁਖਵਿੰਦਰਾ ਉਹ ਸੀ ਸੁਖਵਿੰਦਰਾ ਉਹ ਦਿਨ ਸੀ ਕੁਝ ਭਿੰਨ ਪੁਰਾਣੇ ਦਿਨ ਸੁਹਾਣੇ ਦਿਨ ਪੁਰਾਣੇ ਦਿਨ ਸੁਹਾਣੇ ਦਿਨ ਬਹੁਤ ਬਹੁਤ ਅਸਲੀਅਤ ਹੈ ਇਹਦੇ ਵਿੱਚ ਸਾਰੀ ਇਸ ਕਵਿਤਾ ਦੇ ਵਿੱਚ ਥੈਂਕ ਯੂ ਵੈਰੀ ਮੱਚ ਬਹੁਤ ਅੱਛੀ ਤੇ ਹੁਣ